हाथ की हड्डी की बीमारियों के इलाज के लिए जालंधर पंजाब का पहला ऐसा जिला बन गया है जहां पर दूरबीन यानी ऑर्थोस्कोपी से इलाज होगा अभी तक ये इलाज सिर्फ देश के बड़े शहरों में ही हो रहा था लेकिन जलंधर स्थित रंजीत अस्पताल के ऑर्थो के चिकित्सक डॉक्टर तरुण दीप सिंह ने इसको जलंधर में इजाद किया है यानी बिना चीर फाड़ के हाथ की हड्डी की बीमारियों का इलाज होगा के क्षेत्र में एक नई क्रांति की शुरुआत होगी हाथ की कलाई से लेकर उंगलियों वो में काफी संक्रमण से बीमारियां हो जाती हैं गठिया रोग से भी ज्वाइंट काफी प्रभावित होते हैं कई बार उंगलियां टेढ़ी हो जाती हैं प्राप्त जानकारी के अनुसार रंजीत अस्पताल में डॉक्टर तरुण दीप सिंह पुणे में संचेती अस्पताल जहांगीर अस्पताल सियादरी अस्पताल से ऑर्थोस्कोपी में महारत हासिल करने के बाद मरीजों को सेवाएं देंगे डीएमसी लुधियाना से एमबीबीएस, अमृतसर से पीजी करने के बाद पीजीआई में काम करने के बाद डॉक्टर तरुणदीप मुंबई व पुणे चले गए जहां विश्व प्रसिद्ध डॉक्टर अभिजीत से हैंड सर्जरी में महारत हासिल की जालंधर से कैमरामैन सुदेश भगत के साथ पंकज शर्मा की रिपोर्ट ਬਾਹ ਦਾ ਸੁਪਰ ਸਪੈਸ਼ਲਿਟੀ ਸੈਂਟਰ ਪੰਜਾਬ ਦੇ ਵਿੱਚ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਹੱਥ ਤੇ ਬਾਹ ਦੀ ਸਰਜਰੀ ਦਾ ਇਹ ਪਹਿਲਾ ਕੇਂਦਰ ਬਣੇਗਾ ਇਹਦੇ ਵਿੱਚ ਚਮੜੀ ਤੋਂ ਲੈ ਕੇ ਹੱਡੀ ਤੱਕ ਜਿਹੜੇ ਵੀ ਰੋਗ ਨੇ ਬਾਹਾਂ ਦੇ ਇਹ ਸਾਰੇ ਸੁਪਰ ਸਪੈਸ਼ਲਾਈਜ਼ ਤਰੀਕੇ ਨਾਲ ਇਹਨਾਂ ਦਾ ਇਲਾਜ ਕੀਤਾ ਜਾਏਗਾ ਮਾਈਕਰੋ ਸਰਜਿਕਲ ਲੈਵਲ ਤੇ ਅਸੀਂ ઓਪਰੇਟ ਕਰ ਰਹੇ ਹਾਂ ਜਿਹੜਾ ਕਿ ਫਸਟ ਟਾਈਮ ਹੋ ਰਿਹਾ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਜੇ ਦੇਖਿਆ ਜਾਏ ਕਿ ਹੱਡੀਆਂ ਦਾ ਜਿਹੜਾ ਡਿਪਾਰਟਮੈਂਟ ਹੈ ਇਹ ਨਵਾਂ ਇੰਟਰੋਡਿਊਸ ਕੀਤਾ ਜਾ ਰਿਹਾ ਰਣਜੀਤ ਹਸਪਤਾਲ ਦੇ ਵਿੱਚ ਇਹਦੇ ਕੋਈ ਵੀ ਐਕਸੀਡੈਂਟ ਦੇ ਮਰੀਜ਼ ਨੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਬੜੇ ਅੱਛੇ ਰੇਟਾਂ ਤੇ ਜੋੜਾ ਬਦਲਣ ਦਾ ਜਿਹੜਾ ਕਿ ਆਪਣਾ ਜੋੜ ਕੇਸ ਜਾਂਦੇ ਨੇ ਜਿਨ੍ਹਾਂ ਦੇ ਚੂਲੇ ਗੋਡੇ ਇਹ ਸਾਰੇ ਜੋੜ ਜਿਹੜੇ ਆਰਥਰਾਈਟਿਸ ਕਰਕੇ ਜੋੜ ਕੇਸ ਦੇ ਨੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਇਸ ਤੋਂ ਇਲਾਵਾ ਕਿ ਸਪੋਰਟਸਮੈਨ ਜਿਹੜੇ ਨੇ ਉਹਨਾਂ ਦਾ ਆਰਥਰੋਸਕੋਪੀ ਜਿਹੜਾ ਕਿ ਦੂਰ ਮਿੰਦਨ ਰਾਹੀਂ ਇਲਾਜ ਕੀਤਾ ਜਾਏਗਾ ਐਕਸੀਡੈਂਟ ਤੇ ਬਾਅਦ ਜਿਨ੍ਹਾਂ ਦੀ ਬਾਹਾਂ ਖੜ ਜਾਂਦੀਆਂ ਨੇ ਜਿਹੜੇ ਕਹਿੰਦੇ ਨੇ ਕਿ ਬਾਹਾਂ ਇਹ ਕੰਮ ਕਰਦੀ ਬਾਹ ਬਿਲਕੁਲ ਖੜ ਜਾਂਦੀ ਹੈ ਕੰਮ ਨਹੀਂ ਕਰਦੀ ਉਹਨਾਂ ਦਾ ਵੀ ਅਸੀਂ ਜਿਹਨੂੰ ਕਹਿੰਦੇ ਬ੍ਰੇਕੀਅਲ ਪਲੈਕਸਿਸ ਇੰਜਰੀ ਇਹ ਫਸਟ ਟਾਈਮ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਏਵੀ ਇਹਦੀ ਸਰਜਰੀ ਅਸੀਂ ਸ਼ੁਰੂ ਕਰ ਰਹੇ ਹਾਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਡੇ ਨਾਲ ਸਰਕਾਰ ਦੀ ਵੀ ਬਹੁਤ ਅੱਛੀ ਸਾਨੂੰ ਹੈਲਪ ਹੋਈ ਹੈ ਕਿ ਸਾਡਾ ਜਿਹੜਾ ਹਸਪਤਾਲ ਹੈ ਇੱਕ ਤਾਂ ਫੁੱਲ ਐਨਬੀਐਚ ਹੋਇਆ ਹੈ ਪਲੱਸ ਆਯੂਸ਼ਮਨ ਭਾਰਤ ਦੇ ਜਿਹੜੇ ਮਰੀਜ਼ ਆ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸੀਜੀਐਚ ਸੈਂਟਰਲ ਗਵਰਨਮੈਂਟ ਦੇ ਆਰਸੀਐਫ ਦੇ ਐਫਸੀਆਈ ਦੇ ਜਿਪਸਾ ਦੇ ਇਹ ਸਾਰੇ ਮਰੀਜ਼ਾਂ ਨੂੰ ਕੈਸ਼ਲੈਸ ਸਹੂਲਤਾ ਸਾਰੇ ਪ੍ਰਾਈਵੇਟ ਇੰਸ਼ੋਰੈਂਸ ਜਿਹੜੇ ਪੇਸ਼ੈਂਟਸ ਨੇ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂਜ਼ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਅਸੀਂ ਕੈਸ਼ਲੈਸ ਇਲਾਜ ਕਰ ਰਹੇ ਹਾਂ